ਨਾ ਚਾਹੇ ਦਾ ਤੇ ਜੀ ਪਹਿਲਾਂ ਜਦ ਵੋਟਾਂ 'ਚ ਪੰਚਾਇਤ ਖੜ੍ਹੀ ਹੁੰਦੀ ਹੈ ਉਦੋਂ ਜੀ ਲਾਉਂਦੀ ਇਹਨੇ। ਪਹਿਲਾਂ ਤਾਂ ਇਹ ਦਿੰਦੇ ਨੇ ਜੀ ਖਾਣ ਪੀਣ ਨੂੰ ਭੁੱਕੀਆਂ ਫੀਮਾਂ ਖਰਾਬਾਂ, ਫਿਰ ਜੀ ਵੀ ਮਾਰਦੇ ਨੇ ਅਗਲੇ ਦੇ ਛਿੱਤਰ। ਦੋ ਬੱਚੇ ਨੇ ਮੇਰੇ ਨਿੱਕੇ ਨਿੱਕੇ ਪਾਲੇ ਨੇ ਪੈਸੇ ਲੋਕਾਂ ਦਾ ਮਿਹਨਤ ਕਰਕੇ। ਦੋ ਜਿਹੜੇ ਮੈਨੂੰ ਜਾਇਦਾਦ ਦਿੱਤੀ ਉਹਨਾਂ 'ਚ ਮੈਂ 2 ਵਿਘੇ ਵੇਚ ਕੇ ਵਿਆਹ ਹੀ ਪਾਲੇ ਪੈਸੇ ਸਭ ਕੁਛ ਕਰਿਆ ਦਾ ਕੋਰਸ ਕਰਾਇਆ ਡਾਕਟਰੀ ਦਾ ਵਧੀਆ ਐਨ ਚੜ੍ਹਾਈ 'ਚ ਕਰਤਾ। ਉਦੋਂ ਬਾਅਦ ਜੀ ਨੇ ਮੇਰੇ ਨਸਾਂ 'ਚ ਚੋਰੀਆਂ ਪੁੱਛ ਲਓ, ਮੇਰੇ ਤੋਂ ਆਹ ਬੈਠੇ ਨੇ ਸਰੀਕਾ ਕਬੀਲਾ ਬੈਠਾ ਜੀ, ਕਿਸੇ ਨੂੰ ਮਰਜ਼ੀ ਪੁੱਛ ਲਓ, ਜਮਾਂ ਮੇਰੇ ਘਰੇ ਖਾਣ ਨੂੰ ਅੱਜ ਦੀ ਘੜੀ ਦੁੱਧ ਦੀ ਘੁੱਟ ਵੀ ਨਹੀਂ ਚਾਹ ਪੀਣੀ। ਪਰਿਵਾਰ ਬਹੁਤ ਜ਼ਿਆਦਾ ਦੁਖੀ ਨੇ, ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈਗਾ ਪਰਿਵਾਰ ਵਾਲਿਆਂ ਵਾਸਤੇ। ਅਤੇ ਨਸ਼ੇ ਦੇ ਜੋ ਵੀ ਮਤਲਬ ਨਸ਼ਾ ਵਿਕ ਰਿਹਾ ਉਹ ਖੁੱਲ੍ਹੇਆਮ ਵਿਕ ਰਿਹਾ, ਠੀਕ ਹੈ। ਸਾਰਾ ਇਹਨਾਂ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਕਿੱਥੋਂ ਕਿੱਥੋਂ ਵੀ ਬੱਚੇ ਨਸ਼ਾ ਲੈ ਕੇ ਆਉਂਦੇ ਨੇ। ਐਚ ਆਈ ਵੀ ਪੋਜ਼ਿਟਿਵ ਦੇ ਘੱਟੋ ਘੱਟ 15 ਪਰਿਵਾਰ ਨੇ ਇੱਥੇ ਹਜੇ ਜਿਹੜੇ ਸਾਹਮਣੇ ਆਏ ਨੇ, ਅਤੇ ਬਾਕੀ ਹਜੇ ਕੋਈ ਪਤਾ ਨਹੀਂ ਹੈਗਾ ਵੀ ਕਿੰਨੇ ਹੋਰ ਬੱਚੇ ਇਸ ਦੀ ਲਪੇਟ 'ਚ ਆ ਚੁੱਕੇ ਨੇ। ਉਹ ਤਾਂ ਹੁਣ ਹੀ ਆਏ ਨੇ ਐਕਚੁਅਲੀ, ਜਦੋਂ ਵੀ ਲਾਈਵ ਟੈਲੀਕਾਸਟ ਹੋਇਆ ਹੁਣ ਹੀ ਹਰਕਤ ਵਿੱਚ ਆਏ ਨੇ। ਅਸੀਂ ਸਾਨੂੰ ਫਿਰਦਿਆਂ ਨੂੰ ਹੋ ਗਏ, ਆਈ ਥਿੰਕ ਹਫ਼ਤਾ ਹੋ ਗਿਆ ਇਸ ਚੀਜ਼ ਨੂੰ ਲੈ ਕੇ, ਉਦੋਂ ਕਿਸੇ ਨੇ ਕੋਈ ਗੌਰ ਇੰਨੀ ਕੀਤੀ ਨਹੀਂ ਵੀ ਹਾਂ ਚਲੋ ਠੀਕ ਹੈ। ਪਰ ਹੁਣ ਜਦੋਂ ਇਹ ਲਾਈਵ ਟੈਲੀਕਾਸਟ ਚੱਲ ਰਹੇ ਨੇ ਤਾਂ ਹੁਣ ਇਹ ਜ਼ਿਆਦਾ ਹਰਕਤ ਆ ਕੇ ਫੋਰਮੈਲਿਟੀ ਲਾ ਲਓ, ਲਾਈਕ ਫੋਰਮੈਲਿਟੀ ਹੀ ਕਰ ਰਹੇ ਨੇ। ਜ਼ਿੰਮੇਵਾਰ ਤਾਂ ਖੁਦ ਪ੍ਰਸ਼ਾਸਨ ਹੀ ਹੈ ਸਰ। ਜੇ ਹੁਣ ਮਤਲਬ ਆਮ ਇੱਕ ਤਾਂ ਕਹਿ ਲਈਏ ਡਰੱਗ ਜਾਂ ਤਾਂ ਪਤਾ ਨਾ ਹੋਵੇ, ਇੱਕ ਬੱਚੇ ਖੁਦ ਇਹ ਕਹਿ ਰਹੇ ਨੇ ਵੀ ਅਸੀਂ ਇੱਥੋਂ ਫਲਾਣੀ ਜਗ੍ਹਾ ਤੋਂ ਲੈਂਦੇ ਹਾਂ, ਫਿਰ ਵੀ ਨਹੀਂ ਉਹਨਾਂ 'ਤੇ ਕੋਈ ਕਾਰਵਾਈ ਹੋ ਰਹੀ, ਫਿਰ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ। ਮਹਿਜ 4 ਹਫ਼ਤਿਆਂ 'ਚ ਪੰਜਾਬ 'ਚ ਨਸ਼ੇ ਦਾ ਲੱਕ ਤੋੜਨ ਦੀਆਂ ਕਸਮਾਂ ਖਾਣ ਵਾਲੀ ਕੈਪਟਨ ਸਰਕਾਰ ਨੂੰ ਇਸ ਮਾਂ ਅਤੇ ਭੈਣ ਦੀ ਇਹ ਵਿਥਿਆ ਸੁਣ ਕੇ ਆਤਮ ਮੰਥਨ ਕਰਨ ਦੀ ਲੋੜ ਜ਼ਰੂਰ ਪਵੇਗੀ, ਅਤੇ ਇਸ ਗੱਲ ਦੀ ਘੋਖ ਕਰਨੀ ਹੋਵੇਗੀ ਕਿ ਆਖਿਰ ਸਰਕਾਰ ਅਤੇ ਸਰਕਾਰੀ ਤੰਤਰ ਦੀ ਲਾਪਰਵਾਹੀ ਅਤੇ ਢਿੱਲੀ ਕਾਰਜ ਸ਼ੈਲੀ ਦੇ ਕਰਕੇ ਕਿਵੇਂ ਮਾਵਾਂ ਦੇ ਪੁੱਤ ਅਤੇ ਭੈਣਾਂ ਦੇ ਭਰਾ ਏਡਜ਼ ਵੱਲ ਨੂੰ ਵੱਧ ਰਹੇ ਨੇ। ਗੱਲ ਸੰਗਰੂਰ ਇਲਾਕੇ ਦੀ ਹੋ ਰਹੀ ਹੈ, ਜਿੱਥੋਂ ਦੇ ਕੁਝ ਪਿੰਡਾਂ ਵਿੱਚ ਚਿੱਟੇ ਨੇ ਜੋ ਤਾਂਡਵ ਮਚਾਇਆ ਹੈ ਉਸਨੇ ਦੁਨੀਆ ਭਰ 'ਚ ਬੈਠੇ ਪੰਜਾਬੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਇਸ ਮਾਂ ਤੋਂ ਸੁਣੋ ਕਿਵੇਂ ਉਸਨੇ ਆਪਣੇ ਪੁੱਤ ਨੂੰ ਪਾਲਿਆ ਅਤੇ ਹੁਣ ਉਸਦੇ ਘਰ ਵਿੱਚ ਨਾ ਦਾਣੇ ਹਨ ਅਤੇ ਨਾ ਹੀ ਦੁੱਧ ਦਾ ਇੱਕ ਘੁੱਟ ਹੀ ਪੀਣ ਨੂੰ ਹੈ। ਇੱਕ ਮਾਂ ਦੇ ਰੂਹ ਕੰਬਾਉਣ ਵਾਲੇ ਇਸ ਦਰਦ ਨੂੰ ਤੁਸੀਂ ਖੁਦ ਹੀ ਸੁਣੋ। ਦੋ ਬੱਚੇ ਨੇ ਮੇਰੇ ਨਿੱਕੇ ਨਿੱਕੇ ਪਾਲੇ ਮੈਂ ਪੜੋਸੇ ਲੋਕਾਂ ਦਾ ਮਿਹਨਤ ਕਰ ਕਰ। ਦੋ ਜਿਹੜੀ ਮੈਨੂੰ ਜਾਇਦਾਦ ਦਿੱਤੀ ਉਹਨਾਂ 'ਚ ਮੈਂ 2 ਵਿਘੇ ਵੇਚ ਕੇ ਵਿਆਹੇ ਪਾਲੇ ਪੜੋਸੇ ਸਭ ਕੁਛ ਕਰਿਆ ਦਾ ਕੋਰਸ ਕਰਾਇਆ ਡਾਕਟਰੀ ਦਾ ਵਧੀਆ ਐਨ ਚੜ੍ਹਾਈ 'ਚ ਕਰਤਾ ਜੀ। ਉਦੋਂ ਬਾਅਦ ਜੀ ਇਹ ਮੇਰੇ ਨਸਿਆਂ 'ਚ ਪੈ ਗਿਆ ਚਿੱਟੇ 'ਚ। ਉਦੋਂ ਬਾਅਦ ਜੀ ਇਹਨੇ ਮੇਰੇ ਕੁਛ ਨਹੀਂ ਛੱਡਿਆ। ਇਸ ਟਾਈਮ ਮੇਰੇ 15 ਲੱਖ ਰੁਪਈਆ ਸਿਰ ਹੈ। ਆਪਾਂ ਦਾ ਗੋਹਾ ਕੂੜਾ ਸਿੱਟ ਕੇ ਰੋਟੀ ਖਾਂਦੀ ਹਾਂ, ਕੋਈ ਮੇਰੇ ਦੁੱਧ ਨਹੀਂ, ਕੋਈ ਮੇਰੇ ਦਾਣਾ ਨਹੀਂ ਘਰੇ, ਲੋਕਾਂ ਦੇ ਘਰੇ ਦਾਣੇ ਨੇ ਮੇਰੇ ਜੀ। ਇੱਕ ਦਾਣਾ ਵੀ ਸਾਨੂੰ ਦਿਆ ਗਿਆ ਜੀ, ਮੈਂ ਤੁਹਾਨੂੰ ਦੇਣ ਦਾ ਰਹਾ। ਸਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਮੁੰਡਾ ਜਿਹੜਾ? ਸਾਨੂੰ ਜੀ ਪਹਿਲਾਂ ਤਾਂ ਪਤਾ ਨਹੀਂ ਲੱਗਿਆ, ਸਾਨੂੰ ਜੀ ਫਿਰ ਪਤਾ ਲੱਗਿਆ ਜਦੋਂ ਡਿੱਗਣ ਡੁੱਗਣ ਲੱਗ ਗਿਆ, ਰੋਟੀ ਖਾਣੋਂ ਹਟ ਗਿਆ, ਤੂੰ ਮੈਂ ਦੱਸਣ ਲੱਗ ਗਈ ਤੁਹਾਡਾ ਮੁੰਡਾ ਨਸ਼ਾ ਕਰਨ ਲੱਗ ਗਿਆ, ਸਾਨੂੰ ਜੀ ਫਿਰ ਪਤਾ ਲੱਗਿਆ। ਅੱਜ ਕੱਲ੍ਹ ਜੀ ਹੁਣ ਘਰੋਂ ਵੱਗ ਗਿਆ, ਆਪ ਕਿਸੇ ਨੇ ਫੋਨ ਕਰਤਾ ਜੀ ਉਹਦੀ ਵੱਗ ਗਿਆ। ਕੋਈ ਜਿਹੜਾ ਤੁਸੀਂ ਦੱਸਿਆ ਵੀ ਤੁਹਾਡੇ ਪੱਲੇ ਚੜਿਆ, ਇਸੇ ਦੇ ਕਾਰਨ ਚੜਿਆ ਜੀ, ਉਹ ਮੇਰੇ ਘਰੇ ਕੁਛ ਨਹੀਂ ਛੱਡਿਆ। ਜੀ ਕਹਿੰਦੇ ਆ ਵੀ ਮੇਰੇ ਬੱਚਾ ਠੀਕ ਹੋਣਾ ਚਾਹੀਦਾ, ਮੇਰੇ ਮਾੜਾ ਮੋਟੀ ਮੇਰੀ ਮਦਦ ਹੋਣੀ ਚਾਹੀਦੀ ਹੈ ਜੀ। ਗਰੀਬਣੀ ਮੈਂ ਹੈਗੀ ਹਾਂ, ਪੋਤੀ ਹੈ 4 ਸਾਲ ਦੀ, ਉਹ ਮਾਵਾਂ ਬੈਠੀਆਂ ਨੇ ਉੱਥੇ। ਇਹ ਜੀ ਕਹਿੰਦੇ ਬਹੁਤ ਸ਼ੁਕਰ ਹੈ ਇਹਨਾਂ ਦਾ ਜਿਹੜੇ ਕਰਦੇ ਨੇ, ਵਧੀਆ, ਧੰਨਵਾਦ ਇਹਨਾਂ ਦਾ। ਇਹਨਾਂ ਨੂੰ ਪਹਿਲਾਂ ਨਹੀਂ ਕਰਨਾ ਚਾਹੀਦਾ ਸੀ? ਕਰਨਾ ਚਾਹੀਦਾ ਤੀ ਜੀ, ਪਹਿਲਾਂ ਜਦ ਵੋਟਾਂ 'ਚ ਪੰਚਾਇਤ ਖੜ੍ਹੀ ਹੁੰਦੀ ਹੈ ਉਦੋਂ ਜੀ ਲਾਉਂਦੀ ਇਹਨੇ,
ਪਹਿਲਾਂ ਤਾਂ ਅਸੀਂ ਦਿੰਦੇ ਨੇ ਜੀ ਖਾਣ ਪੀਣ ਨੂੰ ਭੁੱਕੀਆਂ ਫੀਮਾਂ ਸ਼ਰਾਬਾਂ, ਫਿਰ ਜੀ ਵੀ ਮਾਰਦੇ ਨੇ ਅਗਲੇ ਦੇ ਚਿੱਤਰ। ਕੀ ਲੱਗਦਾ ਹੁਣ ਜਿਹੜਾ ਜਮਾਂ ਮੁੱਦਾ ਹੋਇਆ ਪਿਆ ਜੀ, ਕਿਤੇ ਮਰਜ਼ੀ ਪੁੱਛ ਲਓ, ਮੈਥੋਂ ਚੋਰੀਆਂ ਪੁੱਛ ਲਓ, ਮੈਥੋਂ ਆਹ ਬੈਠੇ ਨੇ ਸਰੀਕਾ ਕਬੀਲਾ ਬੈਠਾ ਜੀ, ਕਿਸੇ ਨੂੰ ਮਰਜ਼ੀ ਪੁੱਛ ਲਓ, ਜਮਾਂ ਮੇਰੇ ਘਰ ਖਾਣ ਨੂੰ ਅੱਜ ਦੀ ਘੜੀ ਦੁੱਧ ਦੀ ਘੁੱਟ ਵੀ ਨਹੀਂ ਚਾਹ ਪੀਣ, ਜ਼ਿੰਮੇਵਾਰ ਕਰਦਾ ਜੀ। ਹਾਂ ਜੀ, ਉਹ ਸਰਕਾਰ ਹੋਊਗੀ ਜੀ ਜ਼ਿੰਮੇਵਾਰ। ਇਹ ਤਾਂ ਸੀ ਉਹ ਮਾਂ ਜਿਸ ਦਾ ਪੁੱਤ ਇਸ ਮਾੜੀ ਅਲਾਮਤ ਦਾ ਸ਼ਿਕਾਰ ਹੋ ਗਿਆ ਹੈ। ਹੁਣ ਇਸ ਭੈਣ ਤੋਂ ਵੀ ਸੁਣੋ, ਜਿਹੜੀ ਨਾ ਸਿਰਫ ਆਪਣੇ ਭਰਾ ਸਗੋਂ ਉਹਨਾਂ ਸਾਰੀਆਂ ਭੈਣਾਂ ਦੇ ਭਰਾਵਾਂ ਦੀ ਆਵਾਜ਼ ਬੁਲੰਦ ਕਰ ਰਹੀ ਹੈ ਜਿਨ੍ਹਾਂ ਦੇ 15 ਦੇ ਕਰੀਬ ਭਰਾ ਨਸ਼ੇ ਕਰਕੇ HIV ਵਰਗੀ ਭੈੜੀ ਬਿਮਾਰੀ ਦਾ ਸ਼ਿਕਾਰ ਹੋ ਗਏ ਹਨ। ਇਹ ਭੈਣ ਦੁਹਾਈਆਂ ਪਾ ਰਹੀ ਹੈ ਕਿ ਪੁਲਿਸ ਨੂੰ ਸਭ ਪਤਾ ਹੈ, ਪਰ ਬਾਵਜੂਦ ਇਸ ਦੇ ਪੁਲਿਸ ਕਾਰਵਾਈ ਹੀ ਨਹੀਂ ਕਰ ਰਹੀ, ਅਤੇ ਹੁਣ ਜਦੋਂ ਮੀਡੀਆ ਨੇ ਇਸ ਮਸਲੇ ਨੂੰ ਚੁੱਕਿਆ ਹੈ ਤਾਂ ਖਾਨਾ ਪੂਰਤੀ ਕੀਤੀ ਜਾ ਰਹੀ ਹੈ। ਪਰਿਵਾਰ ਬਹੁਤ ਜ਼ਿਆਦਾ ਦੁਖੀ ਨੇ, ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈਗਾ ਪਰਿਵਾਰ ਵਾਲਿਆਂ ਵਾਸਤੇ। ਅਤੇ ਨਸ਼ੇ ਦੇ ਜੋ ਵੀ ਮਤਲਬ ਨਸ਼ਾ ਵਿਕ ਰਿਹਾ ਉਹ ਖੁੱਲ੍ਹੇ ਆਮ ਵਿਕ ਰਿਹਾ, ਠੀਕ ਹੈ। ਸਾਰਾ ਇਹਨਾਂ ਪੁਲਿਸ ਪ੍ਰਸ਼ਾਸਨ ਨੂੰ, ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਕਿੱਥੋਂ ਕਿੱਥੋਂ ਵੀ ਬੱਚੇ ਨਸ਼ਾ ਲੈ ਕੇ ਆਉਂਦੇ ਨੇ, ਠੀਕ ਹੈ, ਔਰ ਕਿੱਥੋਂ ਸਰਿੰਜਾਂ ਵਗੈਰਾ ਜੋ ਵੀ ਇਹ ਚੱਕ ਕੇ ਆਪਣੇ ਟੀਕੇ ਵਗੈਰਾ ਜੋ ਲਗਾਉਂਦੇ ਨੇ। ਅਤੇ HIV ਪੋਜ਼ਿਟਿਵ ਦੇ ਘੱਟੋ ਘੱਟ 15 ਪਰਿਵਾਰ ਨੇ ਇੱਥੇ ਹਜੇ ਜਿਹੜੇ ਸਾਹਮਣੇ ਆਏ ਨੇ, ਅਤੇ ਬਾਕੀ ਹਜੇ ਕੋਈ ਪਤਾ ਨਹੀਂ ਹੈਗਾ ਵੀ ਕਿੰਨੇ ਹੋਰ ਬੱਚੇ ਇਸ ਦੀ ਲਪੇਟ 'ਚ ਆ ਚੁੱਕੇ ਨੇ ਆ। ਤਾਂ ਉਹ ਤਾਂ ਹੁਣ ਹੀ ਆਏ ਨੇ ਐਕਚੁਲੀ, ਜਦੋਂ ਵੀ ਲਾਈਵ ਟੈਲੀਕਾਸਟ ਹੋਇਆ ਹੁਣੀ ਹਰਕਤ ਵਿੱਚ ਆਏ ਨੇ। ਅਸੀਂ ਸਾਨੂੰ ਫਿਰਦਿਆਂ ਨੂੰ ਹੋ ਗਏ, ਆਈ ਥਿੰਕ ਹਫ਼ਤਾ ਹੋ ਗਿਆ ਇਸ ਚੀਜ਼ ਨੂੰ ਲੈ ਕੇ। ਉਦੋਂ ਕਿਸੇ ਨੇ ਕੋਈ ਗੌਰ ਇੰਨੀ ਕੀਤੀ ਨਹੀਂ ਵੀ ਹਾਂ ਚਲੋ ਠੀਕ ਹੈ ਜੋ ਹੋ ਰਿਹਾ ਬਣ ਪਿਆ ਅਸੀਂ ਕਰਾਂਗੇ। ਪਰ ਹੁਣ ਜਦੋਂ ਇਹ ਲਾਈਵ ਟੈਲੀਕਾਸਟ ਚੱਲ ਰਹੇ ਨੇ ਤਾਂ ਹੁਣ ਇਹ ਜ਼ਿਆਦਾ ਹਰਕਤ ਆ ਕੇ ਫੋਰਮੈਲਿਟੀ ਲਾ ਲਓ, ਲਾਈਕ ਫੋਰਮੈਲਿਟੀ ਹੀ ਕਰ ਰਹੇ ਨੇ। ਬਟ ਜਿਹੜੇ ਮੈਂ ਕਹਿੰਦੀ ਹਾਂ ਜਿਹੜੇ ਵੀ ਮਤਲਬ ਜਿਨ੍ਹਾਂ ਦੇ HIV ਪੋਜ਼ਿਟਿਵ ਆਏ ਨੇ ਉਹਨਾਂ ਵਾਸਤੇ ਪ੍ਰਸ਼ਾਸਨ ਨੂੰ ਖੁਦ ਮਤਲਬ ਕਿ ਲੋਅ ਕਾਸਟ ਦੇ ਜੋ ਬੱਚੇ ਨੇ ਜੋ ਨਹੀਂ ਕਰ ਸਕਦੇ ਆਪਣਾ ਖੁਦ ਦਾ ਗੁਜ਼ਾਰਾ, ਰੋਟੀ ਤਾਂ ਨਹੀਂ ਚਲਾ ਸਕਦੇ ਉਹ, ਆਪਣੀ ਇਹ ਬਿਮਾਰੀ ਨਾਲ ਕਿਵੇਂ ਚੱਲਣਗੇ ਅੱਗੇ। ਕੱਲ੍ਹ ਤਾਂ ਤੁਸੀਂ ਦੇਖ ਹੀ ਸਕਦੇ ਹੋ ਜਗ੍ਹਾ ਜਗ੍ਹਾ 'ਤੇ ਲੋਕ ਝੁੰਡ ਬਣਾ ਕੇ ਵੀ ਵਾਇਰਲ ਹੋ ਰਹੀਆਂ ਨੇ ਕਾਫੀ ਜੋ ਵੀ ਹੈ। ਅਤੇ ਬਾਕੀ ਐਵੇਂ ਆ ਵੀ ਇਹਨਾਂ ਨੂੰ ਪ੍ਰਸ਼ਾਸਨ ਇਹਨਾਂ ਦੀ ਫਾਈਨੈਂਸ਼ੀਅਲ ਹੈਲਪ ਵੀ ਕਰੇ ਮੇਰੇ ਖਿਆਲ 'ਚ, ਵੀ ਜੋ ਇਹਨਾਂ ਨੂੰ ਅੱਗੇ ਜਾ ਕੇ ਇਹਨਾਂ ਦੀ ਲਾਈਫ 'ਚ ਕੁਛ ਮਤਲਬ ਕਿ ਕੁਛ ਤਾਂ ਨਾ ਦੁੱਖ ਹਲਕਾ ਹੋਵੇ। ਸਾਡੇ ਸਾਹਮਣੇ ਸਾਡੇ ਨਜ਼ਦੀਕ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਸਾਡੇ ਅਕੋਰਡਿੰਗ ਤਾਂ ਹੋਣਗੇ 12 ਜਾਂ 15 ਪਰਿਵਾਰ ਨੇ। ਬਸ ਇਸ ਤੋਂ ਅੱਗੇ ਬੱਚਿਆਂ ਨੂੰ ਪੁੱਛਗਿੱਛ ਵੀ ਥੋੜ੍ਹੀ ਬਹੁਤ ਕਰਨੀ ਚਾਹੀਦੀ ਵੀ ਅੱਗੋਂ ਕਿਸ ਬੱਚਿਆਂ ਨਾਲ ਇਹ ਅੱਗੇ ਨਸ਼ਾ ਮਤਲਬ ਕਿ ਸ਼ੇਅਰ ਕਰਦੇ ਸੀ, ਕਿਵੇਂ ਸਰਿੰਜਾਂ ਸ਼ੇਅਰ ਕਰਦੇ ਸੀ, ਤਾਂ ਹੋ ਸਕਦਾ ਉਹ ਚੁੱਪ ਹੋਣ, ਕਿਉਂਕਿ ਇਹ ਬਿਮਾਰੀ ਇਸ ਤਰ੍ਹਾਂ ਦੀ ਹੈ ਕਈ ਵਾਰ ਛੁਪਾ ਕੇ ਹੀ ਰੱਖਦੇ ਨੇ ਪੇਰੈਂਟਸ। ਤਾਂ ਮੇਰੇ ਖਿਆਲ 'ਚ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਆਪਣੇ ਬੱਚਿਆਂ ਦੇ ਟੈਸਟ, ਜੇ ਨਹੀਂ ਉਹ ਸਰਕਾਰ ਕੁਛ ਕਰ ਰਹੀ ਤਾਂ ਖੁਦ ਉਹ ਕਰਵਾ ਕੇ ਇਹਨਾਂ ਨੂੰ ਐਡਮਿਟ ਵਗੈਰਾ ਕਰਵਾਉਣਾ ਚਾਹੀਦਾ, ਠੀਕ ਹੈ ਨਾ। ਤਾਂ ਇਸ ਨਾਲ ਮਤਲਬ ਕਿ ਪਤਾ ਲੱਗੇਗਾ ਕਿ ਹੋਰ ਅੱਗੇ ਕਿੰਨੇ ਜ਼ਿੰਮੇਵਾਰ ਤਾਂ ਖੁਦ ਪ੍ਰਸ਼ਾਸਨ ਹੀ ਹੈ ਸਰ। ਜੇ ਹੁਣ ਮਤਲਬ ਆਮ ਇੱਕ ਤਾਂ ਕਹਿ ਲਈਏ ਡਰੱਗ ਜਾਂ ਤਾਂ ਪਤਾ ਨਾ ਹੋਵੇ, ਇੱਕ ਬੱਚੇ ਖੁਦ ਇਹ ਕਹਿ ਰਹੇ ਨੇ ਵੀ ਅਸੀਂ ਇੱਥੋਂ ਫਲਾਣੀ ਜਗ੍ਹਾ ਤੋਂ ਲੈਂਦੇ ਹਾਂ, ਫਿਰ ਵੀ ਨਹੀਂ ਉਹਨਾਂ 'ਤੇ ਕੋਈ ਕਾਰਵਾਈ ਹੋ ਰਹੀ, ਫਿਰ ਇਸ ਤੋਂ ਵੱਡਾ ਹੋਰ ਕੀ ਹੋ ਸਕਦਾ ਹੈਗਾ। ਕੀ ਸਰਕਾਰ ਨੇ ਇਸ ਤਰ੍ਹਾਂ ਨਸ਼ਾ ਖਤਮ ਕਰਨ ਦੀ ਸਹੁੰ ਖਾਧੀ ਸੀ? ਨਸ਼ੇ ਦੇ ਖਿਲਾਫ ਕਾਰਵਾਈ ਕਰਕੇ ਆਪਣੀ ਪਿੱਠ ਥਾਪੜਨ ਵਾਲੀ ਪੁਲਿਸ ਦੀ ਹਕੀਕਤ ਕੀ ਹੈ, ਉਹ ਤਾਂ ਇਸ ਭੈਣ ਤੋਂ ਤੁਸੀਂ ਸੁਣ ਹੀ ਲਈ। ਪਰ ਇੱਕ ਮਾਂ ਨੇ ਜੋ ਹੈਰਾਨ ਕਰਨ ਵਾਲੀ ਗੱਲ ਕਹੀ ਹੈ ਕਿ ਪਹਿਲਾਂ ਨਸ਼ਿਆਂ 'ਤੇ ਲਾਉਂਦੇ ਨੇ ਅਤੇ ਫਿਰ ਹਟਾਉਂਦੇ ਨੇ, ਗੱਲ ਇਹ ਵੀ ਬਹੁਤ ਗੰਭੀਰ ਹੈ। ਸਵਾਲ ਕਈ ਨੇ ਜਿਹੜੇ ਜਵਾਬ ਮੰਗਦੇ ਹਨ, ਪਰ ਸੂਬੇ ਵਿੱਚ ਤਾਂ ਸਰਕਾਰ ਨਾਮ ਦੀ ਕੋਈ ਚੀਜ਼ ਹੀ ਨਹੀਂ ਦਿਖਾਈ ਦੇ ਰਹੀ, ਤਾਂ ਜਵਾਬ ਦੇਵੇਗਾ ਕੌਣ? ਸੰਗਰੂਰ ਤੋਂ ਪਰਮਿੰਦਰ ਜੋਸ਼ੀ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ।
ਕੈਨੇਡਾ ਸਟੂਡੈਂਟ ਵੀਜ਼ਾ ਤੇ ਜਾਣ ਵਾਲਿਆਂ ਲਈ ਹੁਣ ਖਾਸ ਖੁਸ਼ਖਬਰੀ, GIC ਦੀ ਫੀਸ ਨਹੀਂ ਵੱਧ ਰਹੀ। ਇਫੈਕਟਿਵ 1 ਅਪ੍ਰੈਲ ਤੋਂ GIC ਦੀ ਫੀਸ 10,200 ਹੀ ਰਹੇਗੀ। ਸੋ ਜੇ ਤੁਸੀਂ ਸਪਟੈਂਬਰ ਜਾਂ ਜਨਵਰੀ ਸੈਸ਼ਨ ਲਈ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਤੇ ਅੱਜ ਹੀ ਕਾਲ ਕਰੋ 9253 9563।